ਤੇਰੇ ਦੇਖੋ ਜੀ ਮਾਸ਼ਾਅੱਲਾ। ਮੈਂ ਕਿਹਾ ਕਿਉਂ ਨਾ, ਮੈਨੂੰ ਯਾਦ ਹੀ ਨਹੀਂ ਰਿਹਾ ਦੁਪਹਿਰੇ, ਗਰਮੀ ਇੰਨੀ ਸੀ ਬਸ ਨਾ, ਯਕੀਨ ਕਰੋ ਵੀ ਉਹ ਝੂਟੇ ਲੈ ਲੈ ਕੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅੱਛਾ ਜੀ, ਊਂਟਨੀ ਦੇਖ ਲਓ, ਊਂਟਨੀ ਦਾ ਬੱਚਾ ਉਹ ਚੈੱਕ ਕਰੋ। ਅੱਛਾ ਜੀ, ਹੁਣ ਮੈਂ ਚੱਲਿਆ ਕਿੱਥੇ ਜਾਣਾ, ਇੱਥੇ ਹਮਸਾਇਆਂ ਨੇ ਮਤਲਬ ਕਿ ਦੇਸੀ ਘਿਓ ਲੈ ਕੇ ਆਉਣਾ, ਕਿਉਂਕਿ ਦੇਸੀ ਘਿਓ ਦੇ ਵਿੱਚ ਅਸੀਂ ਯਾਨੀ ਕਿ ਦੂਸਰੇ ਆਇਲ ਵਿੱਚ ਗਰਮ ਕਰਕੇ ਨਾ ਮਤਲਬ ਕਿ ਕਾਕੇ ਦੇ ਲਾਉਂਦੇ ਸੀਗੇ ਤੇਲ, ਦਾਣੇ ਸਿੱਟ ਕੇ ਵਿੱਚ ਨਿੰਮ ਦੇ ਪੱਤੇ ਸਿੱਟ ਕੇ ਤੇਲ ਦੇ ਵਿੱਚ, ਅਤੇ ਉਹਨੂੰ ਭੁੰਨ ਕੇ ਨਾ ਇਵੇਂ ਕਰਕੇ ਉਹਦੇ ਉੱਤੇ ਲਾਈਦਾ ਸੀ। ਲੇਕਿਨ ਹੁਣ ਸਾਨੂੰ ਇੱਕ ਬੰਦੇ ਹੋਰ ਨੇ ਕਿਹਾ ਵੀ ਤੁਸੀਂ ਐਵੇਂ ਕਰੋ, ਦੇਸੀ ਘਿਓ ਯਾਨੀ ਕਿ ਅੱਛਾ ਘਿਓ ਉਹ ਲੈ ਕੇ ਉਹਦੇ ਵਿੱਚ ਬਣਾਓ, ਅਤੇ ਫਿਰ ਇਨਸ਼ਾਅੱਲਾ ਆਰਾਮ ਆਊਗਾ। ਅਤੇ ਹੁਣ ਮੈਂ ਜਾਣਾ ਹਮਸਾਇਆਂ ਦੇ, ਪਤਾ ਕਰਨਾ ਦੇਸੀ ਘਿਓ ਦਾ ਵੀ ਥੋੜ੍ਹਾ ਬਹੁਤਾ ਸਾਨੂੰ ਲੱਭ ਜਾਵੇ, ਅਤੇ ਉਹਦੇ ਵਿੱਚ ਅਸੀਂ ਨਾ ਇਹਨੂੰ ਨਾ ਕਣਕ ਨੂੰ ਸਿੱਟ ਕੇ ਅਤੇ ਨਿੰਮ ਦੇ ਪੱਤੇ ਸਿੱਟ ਕੇ ਲਸਣ ਸਿੱਟ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਯਾਨੀ ਕਿ ਅੱਗ 'ਤੇ ਰੱਖ ਕੇ ਤੁੜਕ ਕੇ ਫਿਰ ਉਹ ਉੱਤੇ ਲਾਵਾਂਗੇ, ਅਤੇ ਉਹਦੇ ਨਾਲ ਕਹਿੰਦੇ ਛੇਤੀ ਸੈੱਟ ਹੋਊਗਾ। ਅਤੇ ਇੱਕ ਅੱਗੇ ਸਕਰਾਟਰ ਐਂਡ ਪਾਊਡਰ ਉਹ ਵੀ ਲਿਆਉਣਾ। ਹਾਂਜੀ, ਪੈਸੇ ਕੀ ਕਰਨੇ? ਅੱਛਾ, ਮਾਂ ਨੂੰ ਦੇਣੇ ਪੈਸੇ। ਹਨੇਰੀ ਬਹੁਤ ਜ਼ਿਆਦਾ ਆ ਗਈ ਆ, ਆਹ ਚੈੱਕ ਕਰੋ ਇਸ ਪਾਸੇ। ਸੁਨਹਿਰਾ ਉੱਧਰ ਗਈ, ਅਤੇ ਮੈਂ ਆਖਿਆ ਮੈਂ ਭੱਜ ਕੇ ਜਾ ਕੇ ਨਾ ਪਲੇਟਾਂ ਪਲੂਟਾਂ ਸੈੱਟ ਕਰਾਂ, ਅਤੇ ਇਹ ਚੈੱਕ ਕਰੋ ਜੀ ਇਸ ਪਾਸੇ ਕਿਵੇਂ ਨੇਗੀ, ਦੇਖ ਲਓ ਜੀ ਬਹੁਤ ਜ਼ਿਆਦਾ। ਹੈਂ, ਕੀ ਹੋਇਆ? ਪਲੇਟ ਕਹਿੰਦਾ ਆ, ਤੈਨੂੰ ਪਤਾ ਵੀ ਨਹੀਂ ਲੱਗਿਆ ਪਲੇਟ ਕਿੱਥੇ ਹੈ, ਇਹਨੂੰ ਕਿੱਥੇ ਕੀ ਕਰਨਾ, ਇਹਨੂੰ ਚੁੱਕ ਕੇ ਰੱਖਣਾ ਨਹੀਂ ਹੈ। ਅੱਛਾ ਜੀ, ਨਿਸ਼ਾ ਆਪਣੇ ਭਾਂਡੇ ਬਰਤਨ ਸਾਂਭਣ ਲੱਗੀ। ਹਾਂ, ਮਾੜਾ ਜਿਹਾ ਪਤਾ ਚੱਲਿਆ ਤੁਹਾਨੂੰ ਭਾਂਡੇ ਭੁੰਡੇ ਸਾਂਭ ਲਓ, ਅਤੇ ਮੈਂ ਚੁੱਕ ਕੇ ਲੱਗਿਆ ਪਲੇਟ ਆਸੇ ਪਾਸੇ ਕਰਨ, ਕਿਉਂਕਿ ਇੱਥੇ ਆਵਾਜ਼ ਨਹੀਂ ਪੈਂਦੀ ਪਲੇਟ ਨੂੰ। ਅੱਛਾ ਜੀ, ਲੀਸ਼ਾ ਨੇ ਸਾਰੇ ਬਰਤਨ ਧੋ ਕੇ ਕਲੀਅਰ ਕਰਕੇ ਹੁਣ ਅੰਦਰ ਪਹੁੰਚਾਉਣ ਡਈ, ਫਿਰ ਹਨੇਰੀ ਆ ਗਈ, ਭਾਂਡੇ ਜਿਹੜੇ ਨਾ ਖਰਾਬ ਨਾ ਹੋਣ, ਅਤੇ ਹੁਣ ਹਨੇਰੀ ਜਸਟ ਆਊਗੀ। ਫਿਰ ਹਨੇਰੀ ਦੀ ਕਿੰਨੀ ਜ਼ਿਆਦਾ ਲਾਸ ਚੜ੍ਹਨ ਡਈ ਆ, ਅਤੇ ਸ਼ਾਮ ਦਾ ਟਾਈਮ ਆ ਸਾਡੇ ਵੱਲ, ਰੋਜ਼ ਹੀ ਹਰ ਸ਼ਾਮ ਇਹੀ ਕੰਮ, ਕੋਈ ਹੈ ਤਾਂ ਦਿਨ ਜਿਹੜਾ ਖਾਲੀ ਜਾਵੇ ਕਿ ਜਿਸ ਦਿਨ ਹਨੇਰੀ ਨਾ ਆਵੇ। ਅਤੇ ਹੁਣ ਫਿਰ ਇਸ ਪਾਸਿਓਂ ਜਨਾਬ ਵਾਲਾ ਹਨੇਰੀ ਦੇਖੋ ਚੜ੍ਹੀ ਆ, ਫੁੱਲ ਭਾਰ ਦੇ ਵਿੱਚ ਚੜ੍ਹੀ ਆ, ਅਤੇ ਇੰਨੀ ਜ਼ਿਆਦਾ ਤੇਜ਼ ਤੂਫਾਨ ਹੁੰਦਾ ਨਾ ਕਿ ਬਸ ਹੁਣ ਕੀ ਕਹਿ ਸਕਦੇ, ਅੱਲਾ ਬਾਰਿਸ਼ ਆ। ਅਤੇ ਬਾਕੀ ਬਾਰਿਸ਼ ਬਿਲਕੁਲ ਨਹੀਂ ਆਉਂਦੀ, ਇੱਕ ਵਾਰੀ ਆਈਆਂ ਸੀ ਦੋ ਚਾਰ ਕਣੀਆਂ, ਉਸ ਤੋਂ ਬਾਅਦ ਬਾਰਿਸ਼ ਨਹੀਂ ਆਈ, ਅਤੇ ਦੁਆ ਕਰਨੀ ਸਾਰਿਆਂ ਨੇ ਕਿ ਸਾਡੇ ਵੱਲ ਵੀ ਬਾਰਿਸ਼ ਆ ਜਾਵੇ। ਮੈਂ ਜਾਣਾ ਸੀ ਘਿਓ ਲੈਣ, ਤੁਹਾਨੂੰ ਮੈਂ ਦੱਸਿਆ ਕਿ ਮੈਂ ਜਾਣਾ ਸੀ ਘਿਓ ਲੈਣ, ਅਤੇ ਹੁਣ ਘਿਓ ਲੈਣ ਚੱਲਿਆ ਮੈਂ, ਅਤੇ ਹਨੇਰੀ ਨੂੰ ਵੇਖ ਕੇ ਜਾਊਂਗਾ। ਅੱਛਾ ਜੀ, ਮਹਿਮਾਨ ਆਏ ਸੀਗੇ ਹੁਣੇ ਹੁਣੇ, ਮਹਿਮਾਨ ਗਏ ਅਤੇ ਮਹਿਮਾਨਾਂ ਨੂੰ ਟੋਰ ਕੇ ਅਤੇ ਮੈਂ ਚੱਲਿਆ ਉੱਧਰ ਨੂੰ। ਮਾਸ਼ਾਅੱਲਾ ਜੀ, ਵਿਊ ਚੈੱਕ ਕਰੋ, ਬਹੁਤ ਹੀ ਪਿਆਰਾ ਵਿਊ ਆ ਸ਼ਾਮ ਦੇ ਟਾਈਮ। ਅੱਛਾ ਜੀ, ਹਨੇਰੀ ਵੀ ਚੱਲਣ ਡਈ, ਨਵੀਂ ਤੁਰਿਆ ਜਾਣਾ ਹੌਲੀ ਹੌਲੀ। ਮਤਲਬ ਖੈਰ ਕਰੇ, ਮੌਸਮ ਦੇਖ ਲਓ ਇਸ ਪਾਸੇ, ਫਸਲਾਂ ਦੇਖ ਲਓ, ਬਹੁਤ ਪਿਆਰਾ ਖੇਤ ਆ, ਹਰੀਆਂ ਭਰੀਆਂ ਫਸਲਾਂ ਇਸ ਟਾਈਮ। ਇਸ ਸੀਜ਼ਨ ਦੇ ਵਿੱਚ ਸਿਰਫ ਤਿਲੀ ਦੀ ਫਸਲ ਆ ਸਭ ਤੋਂ ਜ਼ਿਆਦਾ, ਅਤੇ ਤਿਲੀ ਦੀ ਫਸਲ ਦੇਖੋ ਮਾਸ਼ਾਅੱਲਾ, ਪਿਆਰੇ ਪਿਆਰੇ ਫੁੱਲ ਲੱਗੇ, ਬਹੁਤ ਪਿਆਰੇ। ਅਤੇ ਮੈਂ ਚੱਲਿਆ ਘਿਓ ਦਾ ਪਤਾ ਕਰ। ਅੱਛਾ ਜੀ, ਖਜੂਰ ਦਾ ਪੇੜ ਦੇਖ ਲਓ, ਵੀ ਨਾਲ ਖਜੂਰ ਦਾ ਆਪਣੇ ਘਰ ਹੈ, ਮੈਂ ਨਾ ਕਰਦੇ ਸੀ ਕਿਉਂ ਤਾਂ ਪਤਾ ਕਰਨਾ, ਆਵਾਜ਼ ਮਾਰਦਾ ਬਾਹਰ ਖਲੋ ਕੇ, ਅਤੇ ਯਾਨੀ ਕਿ ਘਿਓ ਮਿਲੇਗਾ ਜਾਂ ਨਾ ਮਿਲੇਗਾ ਉਹ ਵੀ ਹੁਣ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦਾ ਕਿ ਦੇਖਦੇ ਘਿਓ ਲੱਭਦਾ ਆ ਜਾਂ ਨਹੀਂ ਲੱਭਦਾ। ਨਿੱਕੀ ਜੀ ਉਂਟਣੀ ਦੇਖ ਲਓ ਜੀ, ਜਿਹਨੇ ਨਹੀਂ ਦੇਖੀ ਅੱਜ ਤਾਈਂ ਉਂਟਣੀ, ਨਿੱਕੀ ਜੀ ਆਹ ਚੈੱਕ ਕਰੋ ਜੀ, ਵੱਡੇ ਊਂਠ
ਔਰ ਨਾਲ ਨਿੱਕੀ ਜੀ ਉੱਡਣੀ ਜੀ। ਵਾਪਸ ਜਾ ਰਹੇ ਹਾਂ ਘਰ ਨੂੰ, ਚੈੱਕ ਕਰੋ ਜੀ ਮਿੱਟੀ ਦੇ ਪਹਾੜ। ਅਤੇ ਫਾਈਨਲੀ ਮੈਂ ਘਰ ਪਹੁੰਚ ਚੁੱਕਿਆ ਅਤੇ ਘਿਓ ਇੰਨਾ ਕੁ ਸਾਰਾ ਲੱਭਿਆ ਅਤੇ ਬਾਕੀ ਇੱਧਰ ਚੈੱਕ ਕਰੋ ਇੰਨਾ ਕੁ ਸਾਰਾ ਘਿਓ ਲੱਭਿਆ ਅਤੇ ਹੈ ਨਹੀਂ ਸੀਗਾ। ਅਤੇ ਹੁਣ ਦਾ ਟਾਈਮ ਹੋ ਗਿਆ ਅਤੇ ਮੈਂ ਕੱਟਣ ਲੱਗਿਆ ਅੰਬ, ਦੋ ਅੰਬ ਸੀਗੇ ਅਤੇ ਇਹਨੂੰ ਮੈਂ ਨਾ ਕੱਟ ਕੇ ਅਤੇ ਬੱਚੇ ਨੂੰ ਦਿੰਦਾ। ਚੈੱਕ ਕਰੋ ਮਾਸ਼ਾਅੱਲਾ ਜੀ ਬਹੁਤ ਪਿਆਰੇ ਅੰਬ ਜੀ। ਅੰਬ ਮੈਂ ਕੱਟ ਦਿੱਤੇ, ਹੁਣ ਦਿੰਦੇ ਬੱਚਿਆਂ ਨੂੰ। ਹਜੇ ਰੋਟੀ ਨਹੀਂ ਪਕਾਈ, ਸੁਮੇਰਾ ਉੱਧਰ ਰੋਟੀ ਪਕਾਉਣ ਡਈ ਅਤੇ ਮੈਂ ਹਜੇ ਨਵੇਂ ਘਰ ਹੀ ਬੈਠਾ ਹਾਂ ਹਸਨ ਨੂੰ ਲੈ ਕੇ। ਅਤੇ ਮਾਸ਼ਾਅੱਲਾ ਜੀ ਚੈੱਕ ਕਰੋ ਅੰਬ ਬਹੁਤ ਪਿਆਰੇ। ਸਾਡੀ ਫਰਿੱਜ ਆ ਪਈ, ਇਹਦੇ ਵਿੱਚ ਬਰਫ਼, ਅਸੀਂ ਸ਼ਾਮ ਨੂੰ ਲੱਸੀ ਵੀ ਵਧਾਉਣੀ। ਅਤੇ ਹੁਣ ਸੁਮੇਰਾ ਉੱਧਰ ਰੋਟੀ ਹਾਂਡੀ ਦਾ ਕਰਨ ਡਈ ਸ਼ਾਮ ਦਾ ਜੀ, ਅੱਜ ਲੇਟ ਹੋ ਗਏ ਥੋੜ੍ਹਾ ਜਿਹਾ। ਅੱਛਾ ਜੀ ਸ਼ਾਮ ਦਾ ਟਾਈਮ ਹੋ ਗਿਆ ਅਤੇ ਮੈਂ ਹੁਣ ਲੱਗਿਆ ਪਹਿਲਾਂ ਤਾਂ ਲਾਈਟਾਂ ਬਾਲਣੀਆਂ, ਲਾਈਟਾਂ ਆਹ ਸਾਡੀ ਲਾਈਟ ਲੱਗੀ ਹੈ, ਇਹ ਵੀ ਲਾਈਟ ਬਾਲਣੀ ਹੈ। ਉੱਧਰ ਹਜੇ ਰੋਟੀਆਂ ਸੁਮੇਰਾ ਬਣਾਉਣ ਡਈ ਅਤੇ ਉਹ ਵੀ ਮੈਂ ਚੈੱਕ ਕਰਾਉਂਦਾ ਅਤੇ ਸੁਮੇਰਾ ਆਹ ਚੈੱਕ ਕਰੋ ਜੀ ਪੁਰਾਣੇ ਕਿਚਨ ਦੇ ਵਿੱਚ, ਆਹ ਚੈੱਕ ਕਰੋ। ਇਹ ਕਾਫੀ ਕਹਿੰਦੀ ਸੀ ਪੁਰਾਣਾ ਕਿਚਨ ਵੀ ਤੁਹਾਡਾ ਮਜ਼ੇਦਾਰ ਆ, ਅਤੇ ਇੱਦਾਂ ਦਾ ਕਿਚਨ ਬਣਾਓ ਉੱਧਰ ਵੀ ਖੁੱਲ੍ਹਾ ਰੱਖ ਕੇ। ਅੱਛਾ ਜੀ ਹੁਣ ਮੈਂ ਬਾਲੀਆਂ ਲਾਈਟਾਂ ਅਤੇ ਲਾਈਟਾਂ ਸਾਡੀਆਂ ਉੱਧਰ ਲੱਗੀਆਂ, ਅਸੀਂ ਹਜੇ ਨਵੇਂ ਘਰ ਦੀ ਜਿਹੜੀ ਵਾਇਰਿੰਗ ਕਰਾਉਣੀ ਸੀ ਨਾ ਉਹ ਨਹੀਂ ਕਰਾਈ ਹਜੇ, ਉਹ ਕਰਾਵਾਂਗੇ ਤਾਂ ਫਿਰ VIP ਲਾਈਟਾਂ ਹੋਣਗੀਆਂ ਇਨਸ਼ਾਅੱਲਾ ਇਨਸ਼ਾਅੱਲਾ। ਦੇਖਿਓ ਜਿਸ ਟਾਈਮ ਅਸੀਂ ਵਾਇਰਿੰਗ ਕਰਾਉਂਦੇ ਹਾਂ ਕਿੱਦਾਂ ਦੀਆਂ ਲਾਈਟਾਂ ਲੱਗਦੀਆਂ, ਬਹੁਤ ਹੀ ਪਿਆਰੀਆਂ ਅਸੀਂ ਲਾਈਟਾਂ, ਯਾਨੀ ਕਿ 3 ਬਲਬ ਬਾਹਰ 3 ਬਾਹਰ 3 ਅੰਦਰ, ਬਹੁਤ ਪਿਆਰੇ ਯਾਨੀ ਕਿ ਰੋਸ਼ਨੀ ਬਹੁਤ ਪਿਆਰੀ ਹੋਣੀ। ਅਤੇ ਹੈਗੀ ਬਿਜਲੀ ਦੀ ਨਹੀਂ ਹੈਗੀ, ਯਾਨੀ ਕਿ ਦੂਸਰੀ ਵਾਇਰਿੰਗ ਆ, ਤਾਰ ਕੋਈ ਵੀ ਪੈ ਸਕਦੀ। ਚੁੰਡੀਆਂ ਲਾ ਕੇ ਨਾ ਲਾਈਟਾਂ ਬਾਹ ਲਾਵਾਂ ਇੱਕ ਵਾਰੀ, ਆਹ ਚੈੱਕ ਕਰੋ ਜੀ ਸਾਡੀ ਕੋਲ ਬੈਟਰੀ ਆ ਇਹ ਜਮ੍ਹਾਂ ਦੀ, ਲਾਲ ਨਵੀਂ ਕਾਲੀ ਜੀ ਬੈਟਰੀ ਅਤੇ ਲਾਈਟਾਂ ਸੀ ਮੈਂ ਬਾਲ ਦਿੱਤੀਆਂ, ਆਹ ਚੈੱਕ ਕਰ ਲਓ ਜੀ ਲਾਈਟ ਆ, ਆਹ ਵੀ ਲਾਈਟ ਬਲ ਗਈ। ਅਤੇ ਉਸ ਪਾਸੇ ਵਾਲੀ ਉੱਧਰ ਉਸ ਘਰ ਵਾਲੀ ਉਹ ਵੀ ਚੈੱਕ ਕਰਾਉਂਦੇ, ਅਤੇ ਆਹ ਚੈੱਕ ਕਰ ਲਓ ਜੀ ਇਹ ਇੱਥੇ ਬਾਲੀ ਆ, ਆਹ ਚੈੱਕ ਕਰੋ ਮਾਸ਼ਾਅੱਲਾ ਜੀ ਲਾਈਟ ਇਹਨਾਂ ਦੀ ਬਹੁਤ ਜ਼ਾਲਮ ਲਾਈਟ ਹੁੰਦੀ ਰਾਤ ਨੂੰ। ਹੁਣ ਤਾਂ ਵੈਸੇ ਵੀ ਦਿਨ ਹਜੇ ਥੋੜ੍ਹਾ ਥੋੜ੍ਹਾ ਨਾ, ਜਦੋਂ ਹਨੇਰਾ ਹੋਇਆ ਫਿਰ ਦੇਖਿਓ ਉਹਦੀ ਲਾਈਟ ਕਿੰਨੀ ਹੁੰਦੀ, ਆਹ ਚੈੱਕ ਕਰੋ ਇੱਦਾਂ ਦੀ ਲਾਈਟਾਂ। ਇੱਕ ਉਸ ਪਾਸੇ ਬਣ ਰਹੀ ਉਹ ਉੱਧਰ ਵੀ ਲਾਈਟ ਹੋ ਗਈ ਕੁਛ ਨਾ ਕੁਛ ਨਸ਼ਨ ਆਈ, ਆਹ ਚੈੱਕ ਕਰੋ ਦੇਖੋ ਕਿੰਨੀ ਲਾਈਟ ਮਾਸ਼ਾਅੱਲਾ ਬਹੁਤ ਪਿਆਰੀ ਲਾਈਟ। ਅਤੇ ਹੁਣ ਰੋਟੀ ਉੱਧਰ ਪੱਕਣ ਡਈ ਸੁਮੇਰਾ ਕਿਚਨ 'ਚ ਬਣਾਉਣ ਡਈ ਰੋਟੀ, ਸ਼ਾਮ ਦਾ ਟਾਈਮ ਹੋ ਗਿਆ ਹਨੇਰਾ ਪੈ ਗਿਆ ਸਾਨੂੰ ਅਤੇ ਰੈਸਪੀ ਪਤਾ ਨਹੀਂ। ਅਤੇ ਅੰਮੀ ਦੀ ਕਵਰ ਵੀ ਅੱਲਾ ਖੈਰ ਕਰੇ ਪੱਕੀ ਕਰਨੀ, ਉਹ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਸੀਨ ਆਪਣਾ ਭੈਣ ਭਰਾਵਾਂ ਨੂੰ ਦਿਖਾਵਾਂਗਾ ਕਿ ਕਿਉਂਕਿ ਅੱਜ ਤਾਂ ਸਿਰਫ ਸਮਾਨ ਹੀ ਤਿਆਰ ਹੋਇਆ, ਬਾਕੀ ਕੱਲ੍ਹ ਨੂੰ ਵੀਡੀਓ ਇਨਸ਼ਾਅੱਲਾ ਬਣਾਵਾਂਗੇ। ਰਹੀਮ ਅੱਛਾ ਜੀ ਸਾਰਾ ਕਾਰੋਬਾਰ ਕਰਨ ਤੋਂ ਬਾਅਦ ਦੁਪਹਿਰੇ ਕਿਹੜਾ ਕੰਮ ਕੀਤਾ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹ ਦੇਖ ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ ਸਾਨੂੰ ਆਏ ਸੀ ਅੰਬ ਕਿਤੋਂ, ਉਹ ਫਿਰ ਮੈਂ ਟੁੱਕੇ ਬਣਾਏ ਉਹਦੇ 'ਚ ਮਸਾਲੇ ਵੀ ਤਾਂ ਮੈਨੂੰ ਕਿਹਾ ਲਿਆ ਕੇ ਦੇ ਉਹ ਪਾਏ, ਦੇਖੋ ਮਾਸ਼ਾਅੱਲਾ ਕਿੰਨਾ ਪਿਆਰਾ ਅਚਾਰ ਤਿਆਰ ਹੋ ਗਿਆ, ਮਤਲਬ ਖਾਣ ਵਾਲਾ ਤਿਆਰ ਨਹੀਂ ਹੋਇਆ ਅਲਬੱਤਾ ਪਾਉਣ ਵਾਲਾ ਤਿਆਰ ਹੋ ਗਿਆ। ਅਤੇ ਹੁਣ ਇਹਦੇ ਵਿੱਚ ਲਿਆ ਕੇ ਤੇਲ ਪਾਵਾਂਗੇ ਅੱਲਾ ਖੈਰ ਕਰੇ ਅਤੇ ਅੱਲਾ ਪਾਕ ਸਿੱਧ ਰੱਖੇ। ਅਤੇ ਦੇਖੋ ਜੀ ਮਾਸ਼ਾਅੱਲਾ ਮੈਂ ਦੇਸ਼ਕੀ 'ਚ ਪਾਇਆ ਅਤੇ ਇੱਕ ਬਾਲਟੀ ਹੈਗੀ 5 ਕਿਲੋ ਵਾਲੀ, ਮੈਂ ਕਿਹਾ ਥੋੜ੍ਹਾ ਜਿਹਾ ਪਾਣੀ ਛੱਡੂਗਾ ਨਾ ਫਿਰ ਉਹਦੇ ਵਿੱਚ ਆਉਣਾ, ਕਿਉਂਕਿ ਫਿਲਹਾਲ ਉਹਦੇ ਵਿੱਚ ਨਹੀਂ ਆਉਣਾ 5 ਕਿਲੋ ਵਾਲੀ ਬਾਲਟੀ ਹੈ ਨਾ।
ਅਤੇ ਅੱਲਾ ਖੈਰ ਕਰੇ, ਅੱਲਾ ਸਿੱਧ ਕਰੇ। ਦੇਖੋ ਜੀ ਮਾਸ਼ਾਅੱਲਾ, ਮੈਂ ਕਿਹਾ ਕਿਉਂ ਨਾ, ਮੈਂ ਉਹਨੂੰ ਯਾਦ ਹੀ ਨਹੀਂ ਰਿਹਾ ਦੁਪਹਿਰੇ, ਗਰਮੀ ਇੰਨੀ ਸੀ ਬਸ ਨਾ, ਯਕੀਨ ਕਰੋ ਵੀ ਉਹ ਝੂਟੇ ਲੈ ਲੈ ਕੇ ਕੀ ਕਹਿੰਦੇ ਅੰਬ ਕੱਟੇ। ਮੈਂ ਲੀਸ਼ਾ ਅਤੇ ਮਹਿਰਾਨ ਨੇ ਇਹ ਅਚਾਰ ਪਾਇਆ। ਇੱਕ ਮਿੰਟ ਕਰਕੇ ਬਾ ਲਾਜ਼ਮੀ ਦੱਸਣਾ ਕਿਹਨੂੰ ਕਿਹਨੂੰ ਅਚਾਰ ਬਹੁਤ ਪਸੰਦ ਆ ਅੰਬ ਦਾ, ਅਤੇ ਬਾਕੀ ਆਪਣੇ ਆਪਣਾ ਫੇਵਰੇਟ ਅਚਾਰ ਲਾਜ਼ਮੀ ਸ਼ੇਅਰ ਕਰਿਓ। ਬਾਕੀ ਅੱਲਾ ਪਾਕ ਦੀ ਜ਼ਾਤ ਸਿੱਧ ਕਰੇ, ਤੰਦਰੁਸਤੀ ਦੇਵੇ, ਸਭ ਨੂੰ ਖੁਸ਼ ਅਤੇ ਆਬਾਦ ਰੱਖੇ। ਫਿਰ ਮਿਲਦੇ ਹਾਂ ਅਗਲੇ ਸੀਨ ਦੇ ਨਾਲ। ਠੀਕ ਹੋ ਗਿਆ ਜੀ, ਅਰਸ਼ਾ ਪਾ ਕੇ ਫਿਰ ਬਣਾ। ਅੱਛਾ ਜੀ, ਮਿਰਚਾਂ ਦਾ ਅਚਾਰ ਚੈੱਕ ਕਰੋ ਸਾਡਾ। ਅੱਛਾ ਜੀ, ਫਾਈਨਲੀ ਅਸੀਂ ਸੋਚਿਆ ਕਿ ਹੋਵੇ ਨਾ, ਅਤੇ ਅੱਜ ਮੁਹਰਮ ਨੂੰ ਚੜ ਗਏ, ਅਤੇ ਮੁਹਰਮਾਂ ਦੇ ਵਿੱਚ ਅੰਮੀ ਦੀ ਜਿਹੜੀ ਨਾ ਕਵਰ ਉਹ ਪੱਕੀ ਕੀਤੀ ਜਾਵੇ, ਇਸ ਕਰਕੇ ਮੈਂ ਨਾ ਇਹ ਜਿਹੜੀ ਰੇਤ ਜਿਹੜੀ ਉਹ ਗੱਡੂਆਂ 'ਚ ਭਰ ਲਈ ਹੈ, ਅਤੇ ਗੱਡੂਆਂ 'ਚ ਭਰ ਕੇ ਚੜਾ ਲਈ, ਜੇ ਉੱਥੇ ਪਹੁੰਚਾਵਾਂਗੇ ਮੋਟਰਸਾਈਕਲ 'ਤੇ ਜਾਂ ਜਿਸ ਤਰੀਕੇ ਵੀ ਸੜਕ ਤੋਂ ਪਹੁੰਚਾ ਹੋਈ ਉਹ ਪਹੁੰਚਾਵਾਂਗੇ, ਅਤੇ ਸੀਮਟ ਦਾ ਗੱਡੂ ਵੀ ਲਿਆਵਾਂਗੇ। ਅਤੇ ਫਾਈਨਲੀ ਹੁਣ ਮੈਂ ਨਾ ਥੋੜ੍ਹੀ ਜਿਹੀ ਰੇਤ ਰਹਿ ਗਈ, ਮੈਂ ਕਿਹਾ ਵੀ ਖਾਣ ਲਵਾਂ। ਮੂੰਹ ਬੰਨ ਕੇ ਰੱਖਦੇ ਨੇ, ਸ਼ਾਮ ਪੈ ਗਈ ਆ ਅਤੇ ਠੰਡੀ ਠੰਡੀ ਹਵਾ ਵੀ ਚੱਲਣ ਡਈ, ਹਨੇਰੀ ਵੀ ਚੱਲਣ ਡਈ, ਅਤੇ ਮੈਂ ਗੱਟੂ ਇੱਕ ਸੀਮਟ ਦਾ ਵੀ ਲੈ ਕੇ ਆਉਣਾ, ਉਹ ਵੀ ਲਿਆਵਾਂਗੇ। ਅਤੇ ਪਹਿਲਾਂ ਮੁਹਰਮ ਆ, ਮੈਂ ਕਿਹਾ ਨਾ ਕਵਰ ਪੱਕੀ ਹੋ ਜਾਵੇ। ਅਤੇ ਬਾਕੀ ਅੱਛਾ ਕਰੋ ਜੀ, ਤਿੰਨ ਗੱਟੂ ਮੈਂ ਰੇਤ ਦੇ ਭਰ ਕੇ ਰੱਖ ਲਏ, ਅਤੇ ਰੇਤ ਛਾਣ ਵੀ ਲਈ ਆ ਤਿੰਨਾਂ ਗੱਟੂਆਂ 'ਚ ਭਰ ਕੇ ਰੱਖ ਲਈ। ਅਗਰ ਕੋਈ ਮਾੜੀ ਮੋਟੀ ਥੋੜ੍ਹੀ ਜਿਹੀ ਨਹੀਂ ਦਿਸੀ ਫਿਰ ਆ ਕੇ ਲੈ ਜਾਵਾਂਗੇ, ਕਿਉਂਕਿ ਰੇਤ ਆਪਣੇ ਕੋਲ ਵਾਧੂ ਪਈ ਹੈ ਨਾ। ਵੀ ਉੱਧਰ ਉਹ ਕੀ ਕਰਨ ਡੇ, ਹਾਂਡੀ ਰੋਟੀ ਦਾ ਵੀ ਕਰਨਾ। ਆਹ ਦੇਖ ਲਓ ਜੀ, ਸਾਡਾ ਕੱਚੇ ਮਕਾਨਾਂ 'ਤੇ ਵੀ ਮਿੱਟੀ ਲਾਉਣ ਵਾਲੀ ਹੋ ਗਈ। ਆਹ ਚੈੱਕ ਕਰ ਲਓ, ਸਾਰੀਆਂ ਦੀਵਾਰਾਂ ਜਿਹੜੀਆਂ ਨਾ ਇਹ ਵੀ ਖਰਾਬ ਹੋ ਗਈਆਂ, ਇਹਨਾਂ ਨੂੰ ਵੀ ਮਿੱਟੀ ਲਾਉਣੀ, ਕਿਉਂਕਿ ਇਹਨਾਂ ਨਾਲ ਸਾਡੀਆਂ ਬਹੁਤ ਯਾਦਾਂ ਤੋਂ ਜੁੜੀਆਂ, ਇਹਨਾਂ ਨੂੰ ਵੀ ਮਿੱਟੀ ਲਾਉਂਦੇ ਹਾਂ, ਲੇਕਿਨ ਥੋੜ੍ਹੀ ਜਿਹੀ ਗਰਮੀ ਸਾਥ ਦੇਵੇ। ਅਤੇ ਬਾਕੀ ਉੱਧਰ ਸੁਨਹਿਰਾ